ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਣੀ ਆਲਮ ਸੈਨਾ ਬਣਾ ਕੇ ਪੰਜਾਬ ਦੇ ਅੰਦਰ, ਖਾਸ ਤੌਰ 'ਤੇ ਅੰਮ੍ਰਿਤਸਰ ਸਾਹਿਬ ਦੇ ਇਲਾਕੇ ਅੰਦਰ ਹਜ਼ਾਰਾਂ ਹੀ ਗੁਰਸਿੱਖਾਂ ਨੂੰ ਕਤਲ ਕਰਨ ਵਾਲਾ ਸਾਬਕਾ DGP ਅਤੇ ਅਕਾਲੀ ਦਲ ਦਾ ਅਹੁਦੇਦਾਰ ਇਜ਼ਹਾਰ ਆਲਮ ਕੱਲ੍ਹ ਦੁਨੀਆ ਦੇ ਵਿੱਚੋਂ ਚਲਾ ਗਿਆ। ਉਹਦੇ ਸੰਬੰਧ 'ਚ ਇੱਕ ਦੋ ਬੇਨਤੀਆਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ। ਇਜ਼ਹਾਰ ਆਲਮ ਜਿਹਨੇ ਹਜ਼ਾਰੇ ਹੀ ਗੁਰਸਿੱਖਾਂ ਦਾ ਕਤਲ ਕੀਤਾ, ਮਨੁੱਖੀ ਅਧਿਕਾਰ ਕਮਿਸ਼ਨ ਵੱਲੋਂ ਜਿਹੜੇ ਦਾਗੀ ਪੁਲਿਸ ਅਫਸਰਾਂ ਦੀ 2001 ਦੇ ਵਿੱਚ ਰਿਪੋਰਟ ਜਾਰੀ ਕੀਤੀ ਸੀਗੀ, ਇੱਕ ਉਹਦੇ ਉਸ ਰਿਪੋਰਟ ਦੇ ਅੰਦਰ 13ਵੇਂ ਨੰਬਰ 'ਤੇ ਇਸ ਬੰਦੇ ਦਾ ਨਾਂ ਹੈ। ਇਹ ਬੜਾ ਕਹਿ ਲਓ ਵੀ ਇਹਨੇ ਆਪਣੇ ਸਮੇਂ ਦੇ 'ਚ ਆਪਣੀ ਆਲਮ ਸੈਨਾ ਬਣਾ ਕੇ ਸਿੱਖੀ ਰੂਪ ਦੇ ਵਿੱਚ ਕੈਦ ਛੱਡ ਕੇ ਬਹੁਤ ਸਾਰੇ ਨਿਰਦੋਸ਼ ਸਿੱਖਾਂ ਦਾ ਕਤਲ ਕੀਤਾ ਸੀ। ਉਹ ਤੋਂ ਬਾਅਦ ਇਹ ਰਾਜਨੀਤੀ ਵਿੱਚ ਆਉਂਦਾ, ਇਹਦਾ ਪਰਿਵਾਰ ਅਕਾਲੀ ਦਲ ਦੇ ਨਾਲ, ਬਾਦਲ ਦਲ ਦੇ ਨਾਲ ਸੰਬੰਧਿਤ ਹੁੰਦਾ, ਇੱਥੋਂ ਤੱਕ ਪਹੁੰਚ ਜਾਂਦਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਇਹਨੂੰ ਮੀਤ ਪ੍ਰਧਾਨ ਦਾ ਅਹੁਦਾ ਦਿੱਤਾ। ਇਹਦੀ ਪਤਨੀ ਬੀਬੀ ਫਰਜ਼ਾਨਾ ਆਲਮ ਇਹਨੂੰ ਮਲੇਰਕੋਟਲੇ ਤੋਂ ਚੋਣ ਲੜਾਇਆ ਜਾਂਦਾ, ਚੋਣ ਜਿੱਤਦੀ ਆ। ਪਹਿਲੀ ਚੋਣ ਜਿੱਤਣ ਤੋਂ ਬਾਅਦ ਹੀ ਇਹਨੂੰ ਸੰਸਦੀ ਸਕੱਤਰ ਦਾ ਅਹੁਦਾ ਦਿੱਤਾ ਜਾਂਦਾ ਬਾਦਲ ਸਰਕਾਰ ਵੱਲੋਂ। ਹੁਣ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ ਕਿ ਇਜ਼ਹਾਰ ਆਲਮ ਜਿਹੜਾ ਮੀਤ ਪ੍ਰਧਾਨ ਰਿਹਾ ਸ਼੍ਰੋਮਣੀ ਅਕਾਲੀ ਦਲ ਦਾ, ਜਿਹਦੀ ਘਰਵਾਲੀ ਸੰਸਦੀ ਸਕੱਤਰ ਰਹੀ ਹੋਵੇ ਅਕਾਲੀ ਦਲ ਦੇ ਵਿੱਚ, ਉਹਦੀ ਮੌਤ ਤੋਂ ਬਾਅਦ ਨਾ ਤਾਂ ਤੁਸੀਂ ਸ਼੍ਰੋਮਣੀ ਅਕਾਲੀ ਦਲ ਦਾ ਪੇਜ ਖੋਲ੍ਹ ਕੇ ਵੇਖ ਲਓ, ਸ਼੍ਰੋਮਣੀ ਅਕਾਲੀ ਦਲ ਦੇ ਅਫੀਸ਼ੀਅਲ ਪੇਜ 'ਤੇ ਦੋ ਅੱਖਰ ਅਫਸੋਸ ਦੇ ਅਕਾਲੀ ਦਲ ਨੇ ਪ੍ਰਗਟ ਨਹੀਂ ਕੀਤੇ ਇਜ਼ਹਾਰ ਆਲਮ ਦੇ ਜਾਣ ਤੋਂ ਬਾਅਦ। ਨਾ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਹੋਣਾ ਦੇ ਪੇਜ ਨੂੰ ਖੋਲ੍ਹ ਕੇ ਵੇਖ ਲਓ, ਸੁਖਬੀਰ ਸਿੰਘ ਬਾਦਲ ਹੋਣਾ ਨੇ ਵੀ ਅਫਸੋਸ ਪ੍ਰਗਟ ਨਹੀਂ ਕੀਤਾ ਇਜ਼ਹਾਰ ਆਲਮ ਦੇ ਜਾਣ ਤੋਂ ਬਾਅਦ। ਇਹ ਜਿਹੜੀ ਮੈਂ ਬੇਨਤੀ ਕਰਨ ਜਾ ਰਿਹਾ, ਇਹਦਾ ਕਾਰਨ ਕੀ ਆ? ਅਸਲ ਦੇ ਵਿੱਚ ਜਦੋਂ ਆਪਾਂ ਵੇਖਦੇ ਹਾਂ, ਪਿਛਲੇ 2-3 ਮਹੀਨੇ ਪਹਿਲਾਂ ਜਦੋਂ ਇਜ਼ਹਾਰ ਆਲਮ ਦੀ ਪਤਨੀ ਫਰਜ਼ਾਨਾ ਨੂੰ, ਬੀਬੀ ਫਰਜ਼ਾਨਾ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਹੁਦਾ ਦਿੱਤਾ ਸੀ ਇਸਤਰੀ ਵਿੰਗ 'ਚ, ਤਾਂ ਜਿਹੜੇ ਸਾਡੇ ਸਿੱਖ ਭੈਣ ਭਰਾ ਜਿਹੜੇ ਮਨੁੱਖੀ ਅਧਿਕਾਰਾਂ ਦੀ ਰੱਖਿਆ ਲਈ ਜੂਝਦੇ ਆ ਜਾਂ ਜਿਹੜੇ ਤੜਫ ਰੱਖਦੇ ਆ ਇਨਸਾਨੀਅਤ ਪ੍ਰਤੀ, ਉਹਨਾਂ ਨੇ ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਬਹੁਤ ਵੱਡੇ ਪੱਧਰ 'ਤੇ ਵਿਰੋਧ ਕੀਤਾ ਸੀ ਅਤੇ ਅਕਾਲੀ ਦਲ ਨੂੰ ਜਿਹੜਾ ਫਰਜ਼ਾਨਾ ਆਲਮ ਨੂੰ ਦਿੱਤਾ ਹੋਇਆ ਅਹੁਦਾ ਸੀ ਉਹ ਵਾਪਸ ਲੈਣਾ ਪਿਆ ਸੀ। ਮੈਨੂੰ ਲੱਗਦਾ ਵੀ ਜਿਹੜੇ ਅਸੀਂ ਸੁਚੇਤ ਹੋ ਰਹੇ ਸਾਡੇ ਭੈਣ ਭਰਾ ਨੇ, ਕਿਉਂਕਿ ਕਈ ਗੱਲਾਂ ਕਰਦੇ ਹੁੰਦੇ ਵੀ ਸੋਸ਼ਲ ਮੀਡੀਆ 'ਤੇ ਬੋਲਣ ਨਾਲ ਕੀ ਹੋ ਜਾਂਦਾ, ਸੋਸ਼ਲ ਮੀਡੀਆ 'ਤੇ ਬੋਲਣ ਨਾਲ ਕੀ ਹੋ ਜਾਂਦਾ, ਪੋਸਟਾਂ ਪਾਉਣ ਨਾਲ ਕੀ ਹੋ ਜਾਂਦਾ, ਇਹਦਾ ਨਤੀਜਾ ਤੁਹਾਡੇ ਸਾਹਮਣੇ ਆ। ਅਕਾਲੀ ਦਲ ਦਾ ਮੀਤ ਪ੍ਰਧਾਨ, ਸੰਸਦੀ ਸਕੱਤਰ, ਸਾਬਕਾ ਸੰਸਦੀ ਸਕੱਤਰ ਦਾ ਪਤੀ ਦੁਨੀਆ 'ਚੋਂ ਚਲਾ ਗਿਆ, ਪਰ ਅਕਾਲੀ ਦਲ ਨੇ ਦੋ ਅੱਖਰ ਅਫਸੋਸ ਵਾਲੇ ਨਹੀਂ ਲਿਖੇ। ਕਾਰਨ ਕੀ ਸੀ? ਕਿਉਂਕਿ ਅੱਜ ਇਜ਼ਹਾਰ ਆਲਮ ਦੇ ਜਾਣ ਤੋਂ ਬਾਅਦ ਉਹਦੀਆਂ ਕੀਤੀਆਂ ਹੋਈਆਂ ਕਰਤੂਤਾਂ, ਉਹਦੀ ਆਲਮ ਸੈਨਾ ਬਾਰੇ ਸੋਸ਼ਲ ਮੀਡੀਆ 'ਤੇ ਜਿਹੜੇ ਸੁਚੇਤ ਸੱਜਣ ਆ ਉਹ ਸਵਾਲ ਉਠਾ ਰਹੇ ਆ, ਲਾਹਨਤਾਂ ਪਾ ਰਹੇ ਆ। ਸੋ ਅਕਾਲੀ ਦਲ ਆਪਣੇ ਆਪ ਨੂੰ, ਕਿਉਂਕਿ ਚੋਣ ਬਰਾ ਬਚਾਉਣ ਦੇ ਲਈ, ਇਹ ਤੋਂ ਪਿੱਛੇ ਹਟਿਆ ਜੇ। ਅੱਜ ਇਜ਼ਹਾਰ ਆਲਮ ਲਈ ਦੋ ਸ਼ਬਦ ਨਾ ਸੁਖਬੀਰ ਬਾਦਲ ਨੇ ਲਿਖੇ ਆ, ਨਾ ਅਕਾਲੀ ਦਲ ਨੇ ਲਿਖੇ ਆ। ਇਹਦਾ ਕਾਰਨ ਹੈ ਪੰਜਾਬ ਦੇ ਲੋਕਾਂ ਅੰਦਰ, ਖਾਸ ਤੌਰ 'ਤੇ ਸਿੱਖਾਂ ਅੰਦਰ, ਸੋਸ਼ਲ ਮੀਡੀਆ ਦੇ ਪਲੇਟਫਾਰਮ 'ਤੇ ਆ ਰਹੀ ਜਾਗਰਤੀ ਆ ਜਿਹੜੀ। ਨਹੀਂ ਤਾਂ ਸੋਚ ਕੇ ਵੇਖੋ, ਫਿਲਮੀ ਹੀਰੋ ਬੰਬਈ 'ਚ ਰਹਿਣ ਵਾਲਾ ਦਲੀਪ ਕੁਮਾਰ ਉਹ ਦੁਨੀਆ ਵਿੱਚੋਂ ਚਲਾ ਜਾਂਦਾ ਹੈ ਅਤੇ ਸੁਖਬੀਰ ਬਾਦਲ ਹੋਣੀ ਉਹਨਾਂ ਦੀ ਫੋਟੋ ਪਾ ਕੇ ਅਫਸੋਸ ਪ੍ਰਗਟ ਕਰਦੇ ਆ, ਅਤੇ ਆਪਣੀ ਪਾਰਟੀ ਦਾ ਜਿਹੜਾ ਬੰਦਾ ਗਿਆ, ਅਸਲ ਵਿੱਚ ਦਾਗੀ ਸੀ ਇਜ਼ਹਾਰ ਆਲਮ, ਇਹਦਾ ਅਹਿਸਾਸ ਅੱਜ ਅਕਾਲੀ ਦਲ ਨੂੰ ਵੀ ਹੋਇਆ ਵੀ ਪਿਛਲੇ ਸਮੇਂ 'ਚ ਅਸੀਂ ਗਲਤੀ ਕੀਤੀ ਸੀ, ਜਿਹਦੇ ਕਰਕੇ ਸਿੱਖਾਂ ਦੇ ਵਿੱਚੋਂ ਅਕਾਲੀ ਦਲ ਨੂੰ ਖੋਰਾ ਲੱਗਿਆ। ਅਤੇ ਉਹਨਾਂ ਸਾਰੇ ਭੈਣ ਭਰਾਵਾਂ ਦਾ ਮੈਂ ਧੰਨਵਾਦ ਕਰਦਾ ਜਿਹੜੇ ਸਮੇਂ 'ਤੇ ਇਹੋ ਜਿਹੇ ਗਲਤ ਅਨਸਰ ਜਿਹੜੇ ਰਾਜਨੀਤੀ 'ਚ ਆ ਕੇ, ਜਿਹਨਾਂ ਨੇ ਪਹਿਲਾਂ ਲੋਕਾਂ ਨੂੰ ਲੁੱਟਿਆ ਕੁੱਟਿਆ ਅਤੇ ਅੱਜ ਰਾਜਨੀਤੀ 'ਚ ਆ ਕੇ ਰਾਜਨੀਤਿਕ ਲੀਡਰ ਜਿਹਨਾਂ ਦੀ ਪੁਸ਼ਤ ਪਨਾਹੀ ਕਰਦੇ ਆ, ਉਹਨਾਂ ਦੇ ਖਿਲਾਫ ਜਿਹੜੀ ਆਵਾਜ਼ ਬੁਲੰਦ ਕਰਦੇ ਆ, ਇਹ ਸੋਸ਼ਲ ਮੀਡੀਆ 'ਤੇ ਉਠਾਈ ਗਈ ਆਵਾਜ਼ ਦੀ ਜਿੱਤ ਹੀ ਆ ਕਿ ਐਡੇ ਵੱਡੇ ਅਹੁਦੇਦਾਰ ਦੇ ਦੁਨੀਆ 'ਚੋਂ ਜਾਣ ਤੋਂ ਬਾਅਦ ਜੇ ਦੋ ਅੱਖਰ ਨਹੀਂ ਲਿਖੇ। ਸੋ ਅਗਲੀ ਗੱਲ ਮੈਂ ਉਹਨਾਂ ਨਵੇਂ ਉੱਠਰੇ ਲੀਡਰਾਂ ਨੂੰ ਬੇਨਤੀ ਕਰਨੀ ਚਾਹੁੰਦਾ, ਜਿਹੜੀ ਔਰਤ ਬੀਬੀ ਲਕਸ਼ਮੀ ਕਾਂਤ ਚਾਵਲਾ ਕਦੇ ਦਰਬਾਰ ਸਾਹਿਬ ਦੇ ਸਾਹਮਣੇ ਖੜ ਕੇ ਜਦੋਂ 4 ਜੂਨ ਆਉਂਦਾ ਹੈ, ਜਦੋਂ ਦੁਨੀਆ ਭਰ 'ਚ ਵੱਸਦੇ ਸਿੱਖ ਅਫਸੋਸ ਪ੍ਰਗਟ ਕਰਦੇ ਆ, ਕਿਉਂਕਿ ਇੱਥੋਂ ਦੀ ਜਿਹੜੀ ਇੰਦਰਾ ਦੀ ਹਕੂਮਤ ਨੇ ਦਰਬਾਰ ਸਾਹਿਬ ਢਾਇਆ ਸੀ, ਬੇਕਸੂਰ ਲੋਕਾਂ ਨੂੰ ਕਤਲ ਕੀਤਾ ਸੀ, ਸਿੱਖਾਂ ਨੂੰ ਕਤਲ ਕੀਤਾ ਸੀ, ਉਹਨਾਂ ਦਿਨਾਂ ਦੇ ਵਿੱਚ ਦਰਬਾਰ ਸਾਹਿਬ ਦੇ ਸਾਹਮਣੇ ਢੋਲ ਦੇ ਡੱਗੇ 'ਤੇ ਲੱਡੂ ਵੰਡਣ ਵਾਲੀ ਲਕਸ਼ਮੀਕਾਂਤ ਚਾਵਲਾ ਦੇ ਜਿਹੜੇ ਲੀਡਰਾਂ 'ਚ ਪੈਰਾਂ 'ਚ ਡਿੱਗਦੇ ਫਿਰਦੇ ਆ, ਜਿਨ੍ਹਾਂ ਨੂੰ ਇਹ ਭੁਲੇਖ ਆ ਕਿ ਲਕਸ਼ਮੀਕਾਂਤ ਚਾਵਲਾ ਨੂੰ ਅਸੀਂ ਆਪਣੀ ਪਾਰਟੀ ਸ਼ਾਮਲ ਕਰਕੇ ਅਤੇ ਭਵਿੱਖ 'ਚ ਪੰਜਾਬ 'ਤੇ ਰਾਜ ਕਰ ਲਾਂਗੇ, ਉਹਨਾਂ ਲੀਡਰਾਂ ਨੂੰ ਵੀ ਮੈਂ ਧਿਆਨ ਵਿੱਚ ਦਿਵਾਉਣਾ ਚਾਹੁੰਦਾ ਕਿ ਅੱਜ ਪੰਜਾਬ ਦੇ ਉਹ ਲੋਕ ਜਿਹੜੇ ਮਨੁੱਖੀ ਅਧਿਕਾਰਾਂ ਖਾਤਰ ਲੜਦੇ ਆ,
जेड़े इंसानियत खातर लड़ते हो सुचेत हो चुके हैं, मतां भुलेखे च रहो। जे तुसी एहो जे लोग जेड़े सिखां दे अकाल तख्त साहिब ढाए जाण तों बाद लड्डू बनते हैं जो उन्हां दे पैरां च डिगोंगे, उन्हां नूं तुसी अपनी पार्टी शामिल करके भुलेखे च रहिंदे होवोंगे कि असीं सरकारां बना लांगे। जे अज इन्ना क प्रैशर बिल्ड कर सकते हैं सोशल मीडिया से जेड़े जागरूक भैन भरा ने कि सुखबीर बादल ते अकाली दल अपने सीनियर मीत प्रधान दे जाण तों बाद दो अक्खर लिखण तों झिझकदे ने, ते इह भुलेखे च ना रहो भी लक्ष्मीकांत चावला नूं शामिल करके तुसीं बहुत वड्डा कोई मारका मार लोंगे। सो सारे भैन भरावां नूं बेनती आ आपां इसे तरीं जेड़े दागी लोक उन्हां दे खिलाफ आवाज बुलंद करिए, क्योंकि लीडरां नूं लीडर आपकी मर्जी उदों करदे जदों असीं सुत्ते हुंदे आ। हुण जदों असीं अवेयर हो गए, हुण लीडरां दे मनां च लोकां दा डर आ, ਉਹ ਕੋਈ ਵੀ ਗੱਲ ਕਰਨ ਤੋਂ ਪਹਿਲਾਂ 100 ਵਾਰੀ ਸੋਚਦੇ ਆ। ਜੇ ਅੱਜ ਪੋਸਟ ਪੈ ਜਾਂਦੀ ਇਜ਼ਹਾਰ ਆਲਮ ਦੇ ਹੱਕ ਵਿੱਚ ਤੇ ਵੇਖਣਾ ਸੀ ਕਿਵੇਂ ਲਹਿਰ ਖੜੀ ਹੋ ਜਾਣੀ ਸੀ ਅਕਾਲੀ ਦਲ ਦੇ ਖਿਲਾਫ। ਇਸ ਲਈ ਲੀਡਰ ਆ ਜਿਹੜੇ ਜਿੰਨਾ ਚਿਰ ਅਸੀਂ ਸੁੱਤੇ ਆ ਉਦੋਂ ਮਨਮਾਨੀਆਂ ਕਰਦੇ ਆ, ਤੇ ਜਦੋਂ ਲੋਕ ਜਾਗ ਜਾਂਦੇ ਆ ਫਿਰ ਲੀਡਰ ਆ ਜਿਹੜੀ ਮਨਮਰਜ਼ੀ ਨਹੀਂ ਕਰ ਸਕਦੇ। ਇਸ ਲਈ ਜਾਗਦੇ ਰਹੀਏ, ਸੁਚੇਤ ਰਹੀਏ, ਪੰਜਾਬ ਦੀ ਚੜ੍ਹਦੀ ਕਲਾ ਲਈ, ਆਪਣੇ ਭੈਣ ਭਰਾਵਾਂ ਦੀ ਚੜ੍ਹਦੀ ਕਲਾ ਲਈ, ਪੰਜਾਬ ਦੇ ਹੱਕ ਹਕੂਕਾਂ ਲਈ ਆਵਾਜ਼ ਬੁਲੰਦ ਕਰੀਏ। ਦਾਤਾ ਰਹਿਮਤ ਕਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।